ਸਾਰੇ ਹਿੱਲ ਗਏ। ਚਲੋ ਜੀ ਭਾਈ ਹੁਣ ਡਰੋਨ ਕਰਦਾ ਚਾਲੂ। ਡਰ ਗਏ ਕੁੱਤਾ, ਵੇਖਿਓ ਕਿਤੇ ਥੋੜਾ ਹੀ ਫਰਕ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਅਨਦਰ ਵਲੌਗ ਗਾਈਜ਼। ਬਾਕੀ ਆਪਾਂ ਸ਼ਿਟਜ਼ੂ ਮੇਲ ਪੱਪੀ ਚੈੱਕ ਕਰ ਲਓ, ਕੁਆਲਿਟੀ ਵਾਈਜ਼ ਬਹੁਤ ਵਧੀਆ ਬੱਚਾ। ਪਰ ਵੀਰ ਜੀ ਹੁਣਾਂ ਨੇ ਪੋਟੀ ਕਰਤੀ ਸੀ ਅਤੇ ਆਪਾਂ ਇੱਥੇ ਫਗਵਾੜੇ ਲੱਗ ਗਏ ਹੋਏ ਹਾਂ, ਪੈਟ ਸਟੋਰ ਆ ਕੋਈ, ਅਤੇ ਉੱਥੇ ਆਪਾਂ ਇਹਦੀ ਥੋੜ੍ਹੀ ਬਹੁਤ ਗਰੂਮਿੰਗ ਵਗੈਰਾ, ਗਰੂਮਿੰਗ ਨਹੀਂ ਇੱਥੋਂ ਮਤਲਬ ਵਧੀਆ ਜੂੰਡੀ ਜਾਂਡੀ ਜੀ ਕਰ ਲਾਂਗੇ, ਕਿਉਂਕਿ ਗੰਦਾ ਪਿੱਛੋਂ ਵੀ ਬੜਾ ਹੋਇਆ ਹੁਣ, ਅਤੇ ਚਲੋ ਅਸੀਂ ਥੋੜ੍ਹਾ ਸਾਫ਼ ਕੀਤਾ, ਸਾਰਾ ਬੱਚਾ ਸਾਫ਼ ਕਰਾ ਕੇ ਇਹਦੀ ਪੂਰੀ ਜੂਨ ਸੁਧਾਰ ਦੇਣੀ ਆਪਾਂ ਹੁਣੇ, ਪੂਰੀ ਟੌਰ ਕੱਢ ਦੇਣੀ ਇਹਦੀ, ਅਤੇ ਬੱਚਾ ਆਪਾਂ ਵਾਸ਼ ਕਰਾ ਕੇ, ਇਹ ਕੈਨੇਡਾ ਤੋਂ ਬੱਚਾ ਬੁੱਕ ਹੋਇਆ, ਇਹ ਹੁਸ਼ਿਆਰਪੁਰ ਛੱਡਣਾ, ਇਹਦੇ ਨਾਲ ਇੱਕ ਲੈਬਰਾ ਆਪਣੀ ਗੱਡੀ 'ਚ ਪਿਆ ਥਾਰ 'ਚ, ਉਹ ਆਪਾਂ ਦਿੰਦੇ, ਅਤੇ ਨਾਲ ਅੱਜ ਕਰਾਉਣੀ ਆਪਾਂ ਆਫ ਰੋਡ ਗੱਡੀ, ਬਣੇ ਰਿਹੋ। ਵਧੀਆ ਟਿੱਡੂ ਜੀ ਦੀ ਸੇਵਾ ਲਾਈ ਆਪਾਂ, ਚਲੋ ਆ ਜਾਓ ਨਾਲ ਗਰੂਮਿੰਗ ਉਹਦੀ ਬਣਾਉਂਦੇ, ਵਾਸ਼ ਦੀ ਵੀਡੀਓ। ਓਏ ਖੋਲਣਾ ਕਿੱਦਾਂ ਜੀ, ਕਰੋ ਚੈੱਕ ਬੱਚੇ ਦੇ ਫਰ ਸੋਹਣੀ ਭਾਜੀ। ਇਹ ਬੱਚਾ ਜਿੱਥੇ ਜਾਊ ਵੀਰ ਹੋਣੀ ਯਾਦ ਕਰਨਗੇ। ਵੀਰ ਹੋਣਾਂ ਨੂੰ ਮੈਂ ਆਹ ਬੱਚਾ ਚੂਜ਼ ਕਰਾਇਆ, ਮੈਂ ਕਿਹਾ ਇਹ 1500 ਰੁਪਇਆ ਮਹਿੰਗਾ ਦੂਜੇ ਛੋਟੇ ਬੱਚੇ ਨਾਲੋਂ, ਦੂਜਾ ਉਤਰਾ ਛੋਟਾ ਬੱਚਾ ਦੇਣਾ ਸੀ ਇਹਨਾਂ ਨੂੰ ਪਹਿਲਾਂ ਆਪਾਂ, ਅਤੇ ਹੁਣ ਆਹ ਦੇਣਾ। ਵਲੌਗ ਬਣਾਉਣਾ ਤੁਸੀਂ, ਤੈਨੂੰ ਮੇਰੇ ਚੈਨਲ ਦਾ ਪਤਾ ਨਹੀਂ, ਮੈਂ ਇੰਨਾ ਮਸ਼ਹੂਰ ਹਾਂ, ਮੇਰੇ 200 ਸਬਸਕ੍ਰਾਈਬਰ ਸਾਰੇ ਭਰਾ ਮਜ਼ਾਕ ਡਿਆ ਕਰਨਾ ਮੈਂ, ਕਿੱਥੋਂ ਦਾ ਤੂੰ? ਹਾਂ ਆ ਗਿਆ ਜੀ ਵਾਸ਼ ਸਟੈਪ, ਪਾਣੀ ਕੋਸਾ ਹੀ ਹੈ ਨਾ, ਵੇਖੋ ਕਦੇ ਠੰਡ ਨਾ ਲਵਾ ਦਿਓ। ਅੱਛਾ ਕੀ ਚੱਲ ਡਰਦਾ ਜੀ, ਅੱਛਾ ਪਹਿਲਾਂ ਨੋਰਮਲ ਪਾਣੀ ਹੋਊਗਾ ਫਿਰ। ਜੀ ਸ਼ਿਰਜੂ ਨੇ ਨਹਾਈ ਤੋਂ ਹੀ ਕਰ ਲਈ ਜੇ, ਹੁਣ ਇਹਨੂੰ ਸੁਕਾਉਣਾ ਵਾ ਸਟੈਪ 2, ਹੁਣ ਇਸ ਤੋਂ ਬਾਅਦ ਡਰਾਇਰ ਹੋਊਗਾ, ਚੈੱਕ ਕਰੋ। ਟਿੱਡੂ ਕਰਨਾ ਵੀ ਸਤਿਆਨਾਸ਼ ਕਰ ਦਿੰਦਾ, ਕੋਈ ਗਲਤ ਪ੍ਰੋਡਕਟ ਯੂਜ਼ ਹੋ ਗਿਆ, ਕੁਛ ਹੋ ਗਿਆ, ਮੂੰਹ ਸੁਕਾ ਬੜਾ ਮੇਰਾ ਤਾਂ ਹਲਕਾ ਜਿਹਾ ਮੁਸ਼ਾਂ ਖੜੀਆਂ, ਬੰਦਾ ਖੁਸ਼ ਹੋ ਜਾਂਦਾ ਜਦੋਂ ਅਗਲੇ ਨੂੰ ਬੱਚਾ ਫੜਾਈ ਜਾਂਦਾ। ਮੇਨ ਚੀਜ਼ ਦੀ ਸਾਫ਼ ਸਫਾਈ ਆ, ਹਾਂਜੀ ਇੱਥੇ ਬੁੱਗਾ ਕਰ, ਬਹੁਤ ਸੋਹਣਾ ਲੱਗਣਾ ਇਹਨੂੰ, ਸਿਰਮ ਵਗੈਰਾ ਸਾਰਾ ਕੁਝ ਲੱਗਦਾ ਇਹਨੂੰ, ਪਿਆਰਾ ਲੱਗਣਾ ਨਾ। ਹਾਂ ਬਹੁਤ ਸੋਹਣਾ, ਬਹੁਤ ਪ੍ਰੋਪਰ ਚੀਰ ਜਿਹਾ ਨਿਕਲਿਆ। ਕਿਉਂਕਿ ਮਿੱਤਰ ਛਿੜਜੂ ਕਰ ਲਿਆ ਤਿਆਰ, ਨਾਲ ਫੀਡ ਲੈ ਲਈ 4 ਕਿਲੋ ਆਪਣੀ, ਉਤਰਾ ਮੁੱਕ ਗਈ ਸੀ ਅਤੇ ਮਤਲਬ ਇਹ ਬੱਚੇ ਦੇ ਨਾਲ ਤੁਹਾਨੂੰ ਪਤਾ 2-3 ਮੁੱਠਾਂ ਭਰ ਕੇ ਦੇ ਦਈਆਂ 5-6 ਦਿਨਾਂ ਦੀਆਂ, ਸੋਹਣਾ ਬੱਚਾ ਲੱਗਣ ਡਿਆ, ਬਾਕੀ ਆਪਾਂ ਚੱਲਦੇ ਹਾਂ ਡਿਲੀਵਰੀ ਕਰਨ ਲੈਬਰਾਂ ਦੇ। ਲਓ ਵੀ ਮਿੱਤਰੋ ਇੱਥੇ ਪਹੁੰਚ ਗਏ ਪੈਟਰੋਲ ਪੰਪ 'ਤੇ, ਉਹਦੇ ਸਾਹਮਣੇ ਇੱਧਰ ਆ ਹੁਸ਼ਿਆਰਪੁਰ ਵਾਲਾ ਬੱਸ ਅੱਡਾ, ਉਹ ਵੇਖੋ ਠੀਕ ਆ, ਅਤੇ ਆਹ ਬੱਚਾ ਲੈਬਰਾ ਜੇ ਇੱਥੇ ਦੇ, ਉਹ ਸੋਰੀ ਆਹ ਜੇ ਬੱਚਾ ਲੈਬਰਾ ਇੱਥੇ ਦੇਣ ਲੱਗੇ, ਗੁੱਗੂ ਜਿਹਾ ਕਿੱਡਾ ਸੋਹਣਾ ਲੱਗਣ ਡਿਆ, ਇਹ ਇੱਥੇ ਦੇਣ ਲੱਗੇ ਨਾਲ ਥੋੜ੍ਹੀ ਥੋੜ੍ਹੀ ਫੀਡ, ਜਿਸ ਤਰ੍ਹਾਂ ਕਿ ਆਪਾਂ ਔਲਰੇਡੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਫੀਡ ਨਾਲ ਦੇਣੀ ਸਟਾਰਟ ਕੀਤੀ ਆ, 2 ਮਹੀਨੇ ਹੋ ਗਏ ਆ ਨਵੇਂ ਸਾਲ ਤੋਂ,
ਬਾਕੀ ਫੀਡ ਦਾਂਗੇ ਨਾਲ ਥੋੜੀ ਰੋਇਲ ਕੈਨਨ ਮੈਕਸੀ ਨਾਲ ਉਹਨਾਂ ਨੂੰ ਡਾਇਟ ਸਮਝਾ ਦਾਂਗੇ ਤੇ ਬੱਚਾ ਚੱਲਿਆ ਹੁਸ਼ਿਆਰਪੁਰ, ਇਹ ਤੋਂ ਬਾਅਦ ਕਰਾਉਂਦੇ ਆਫ ਰੋਡਿੰਗ, ਬਣੇ ਰਹੋ ਹੁਣ ਜੱਟੋ। ਹੁਣ ਮੇਰੇ ਭੈਣ ਭਰਾ ਜਿਹੜੇ ਜਿਹੜੇ ਆਪਣਾ ਵੇਂਦੇ ਜਿਹੜਾ ਚੈਨਲ ਸਾਥ ਦੋ, ਯੂਟਿਊਬ ਤੇ ਕਰ ਪੈਸੇ ਪੋਹੇ ਆਉਣ ਲੱਗ ਪਏ। ਸੱਚੀ ਕਹਿਣਾ ਗਾਹ ਪਾ ਦੂੰ ਗੱਡੀਆਂ ਗੁੱਡੀਆਂ ਵਾਲਾ, ਹਜੇ ਤੇ ਉਤਰਾ ਹੀ ਡਿਆ ਵਾ ਤੇ ਗੱਡੀਆਂ ਇਸ ਤਰ੍ਹਾਂ ਲਈ ਜਾਣਾ। ਗੱਡੀਆਂ ਤਿਆਰ ਵੇਖੋ ਗੱਡੀਆਂ ਘੈਂਟ ਕਰਾਉਂਦਾ ਇੱਕ ਵਾਰੀ, ਬਸ ਤੁਸੀਂ ਸਾਥ ਦੇ ਦਿਓ। ਬਾਕੀਆਂ ਲੈਬਰਾਂ ਜੇ ਸੁੱਤਾ ਥੋੜ੍ਹਾ ਜਿਹਾ, ਇਹਨੂੰ ਮੈਂ ਫੜਾਉਂਦਾ ਇਹਨਾਂ ਨੂੰ। ਆਹ ਬਾਈ ਹੋਣੀ ਆ ਗਏ ਟਾਂਡੇ ਤੋਂ, ਬਾਕੀ ਬੱਚਾ ਵੇਖੋ ਕੁਆਲਿਟੀ ਵਾਈਜ਼। ਅਤੇ ਮੈਂ ਨਾ ਕਵਰ ਕਰਦਾ ਮਾੜਾ ਜਿਹਾ, ਜਿੱਦਾਂ ਸਕੂਟੀ 'ਤੇ ਆਏ ਤੇ ਟੇਪ ਵਗੈਰਾ ਲਾਦਾ, ਮੈਂ ਟੇਪ ਲੈਣ ਚੱਲਿਆ। ਮੈਂ ਟੇਪ ਲਾ ਕੇ ਆ ਗਿਆ, ਤੁਸੀਂ ਖਲੋ ਇੱਕ ਮਿੰਟ, ਇੱਥੋਂ ਕਿਤੋਂ ਟੇਪ ਫੜ ਲੈਂਦੇ ਯਾਰ। ਆਹੋ ਜੇ ਫਸਟ ਟਾਈਮ ਲਓ ਵੀ ਜੱਟੋ, ਸੀਜ਼ਨ ਆਫ ਰੋਡ ਹੋ ਗਿਆ ਸ਼ੁਰੂ, ਫੜ ਜਾਂਦੇ ਗੱਲ। ਇੱਦਾਂ ਦੇ ਕੰਮ ਆਪਾਂ ਨੂੰ ਚੰਗੇ ਜਿਹੇ ਲੱਗਦੇ ਆ। ਰਵੀ ਰਵੀ ਪੂਰਾ ਖੁਸ਼ ਹੈ, ਇੱਦਾਂ ਦੇ ਬੰਦੇ ਛਿੜਜੂ ਵੀ ਨਾਲ ਹੀ ਜਾਊ ਆਫ ਰੋਡ ਨੂੰ ਅੱਜ ਹਰਜੱਟ। ਸੋਹਣੀਆਂ ਲੱਗਦੀਆਂ ਗੱਡੀਆਂ ਖੜੀਆਂ। ਬਾਈ ਹੋਣਾ ਡੋਗੀ ਵਿਖਾਉਣ ਲੱਗੇ, ਆਹ ਵੀਰ ਹੋਣੀ ਮਿਲੇ ਆ। ਵੀਰ ਜੀ ਗੁੱਸਾ ਕਰਦੇ, ਪੇਜ ਦਾ ਰਿਪਲਾਈ ਨਹੀਂ ਕਰਦੇ ਹੈ। ਵੀਰ ਹੋਣੀ ਆਹ ਮੈਸੇਜ ਵਿਖਾਉਣ ਡੇ, ਕਿਤਨ ਕੀਤੇ ਹੀ ਜਾਣ। ਦਸ ਕੁ ਦਿਨ ਹੋ ਗਏ ਵੀਰ ਨੇ ਮੈਸੇਜ, ਆਹ ਇੱਥੇ ਹੋਣੇ ਪੀ ਤੋਂ ਨਾ, ਆਹ ਵਿਖਾ ਟਿੱਕ ਲੱਗੀ, ਆਹ ਵੇਖ ਲਓ ਹੈਂ ਭਰਾ ਆਪਣੇ ਸਾਰੇ ਸ਼ੋਅ ਕੁਆਲਿਟੀ ਭਾਜੀ ਪੱਗ। ਹੁਣ ਵੀਰ ਜੀ ਤੁਹਾਨੂੰ ਡਿਲੀਵਰੀ ਕਰਾਂਗੇ, ਆਹ ਵਲੌਗ 'ਚ ਕਹਿਤਾ ਹੈ ਨਾ, ਥੋੜ੍ਹੇ ਦਿਨਾਂ ਨੂੰ ਆਪਾਂ ਬੱਚਾ ਤੁਹਾਨੂੰ ਪਸੰਦ ਕਰਾ ਦੇਣਾ ਹੈ ਨਾ। ਗੱਲ ਵੀਰੇ ਜਾਨਵਰ ਇਹ ਦਿੱਤਾ ਇੱਥੇ, ਇਹ ਕੈਨੇਡਾ ਤੋਂ ਬੁੱਕ ਹੋਇਆ, ਇਹ ਦੇਣਾ ਇਹ ਹਾਂ। ਇੱਕ ਲੈਬਰਾਟੋਰ ਦਿੱਤਾ ਇੱਥੇ, ਇੱਥੇ ਹੁਸ਼ਿਆਰਪੁਰ ਪੰਪ 'ਤੇ, ਆਹ ਬਾਈ ਹੋਣਾਂ ਨੂੰ ਪੱਗ ਦੇਣਾ। ਠੀਕ ਹੈ ਵੀਰ, ਆਪਾਂ ਪੱਗ ਲੈਣਾ ਹੁਣ ਵੀਰ ਨੇ ਕਾਲਾ, ਆਪਾਂ ਨੂੰ ਮੈਸੇਜ ਕੀਤਾ ਹੀ 10 ਦਿਨ ਹੋ ਗਏ, ਆਪਾਂ ਅੱਜ ਪਤਾ ਲੱਗਾ ਵੀਰ ਨੇ ਅੱਜ ਪਛਾਣਿਆ। ਅਤੇ ਵੀਰ ਤੁਸੀਂ ਵੀਰ ਨੂੰ ਕਹਿੰਦੇ ਪ੍ਰਭ ਵੀਰ ਨੂੰ ਇਹਨਾਂ ਫੋਨ ਕਰਨਾ ਆਪਾਂ ਬੱਚਾ। ਵੀਰ ਪ੍ਰਭ ਨਾਲ ਫੋਟੋਆਂ ਖਿਚਾਉਣ ਆਏ ਵੀਰ, ਆਹ ਵੀਰ ਹੋਣੀ ਪਰਲੇ। ਇਹ ਆਪ ਹੀ ਸਾਰੀ ਕਸਟਮਾਈਜ਼ ਕੀਤੀ ਹੈ ਨਾ ਗੱਡੀ, ਆਵਾਜ਼ ਨਹੀਂ ਨਿਕਲਣ ਦੀ। ਨਹੀਂ ਨਹੀਂ ਮੈਂ ਨਹੀਂ ਖਾਂਦਾ ਵੀਰ ਜੀ। ਵੀਰ ਹੋਣਾ ਛਿੜ ਜੀ ਉਸ ਤਰ੍ਹਾਂ ਵੀਰੇ, ਬਰੀਡ ਇੱਦਾਂ ਦੀ, ਇਹ ਲੇਡੀਜ਼ ਦੀ ਜ਼ਿਆਦਾ ਫੇਵਰੇਟ ਬਰੀਡ ਹੈ ਨਾ, ਜਿਤਨਾ ਬਾਜੀ ਜੀ ਜਾਣ ਪਈ ਹੁੰਦੀ। ਇਹ ਕੈਨੇਡਾ ਤੋਂ ਬੱਚਾ ਬੁੱਕ ਹੋਇਆ ਤੇ ਅੱਜ ਦੇਣਾ ਹੈ ਡਿਲੀਵਰੀ। ਟੂ ਬਾਏ ਫੋਰ ਤੇ ਜਾਣਦੀ ਹੈ ਨਾ, ਵੇਖੋ ਇੱਧਰ ਵਿਖਾਇਓ, 2x4 ਹੀ ਹੈ ਜੇ, ਗੇਅਰ ਪਿਆ ਜੇ ਤੇ ਟਰੈਕਸ਼ਨ ਆਫ ਕੀਤੀ ਹੈ ਮੈਂ, ਗੇਅਰ 2x4 2x4 ਹਜੇ ਤੱਕ ਤਾਂ ਕੋਈ ਚੱਕਰ ਨਹੀਂ, ਵੈਸੇ ਏਡੇ ਨੋਰਮਲ ਹੈ ਨਾ, ਪਰ ਜਗ੍ਹਾ ਸੋਹਣੀ ਹੈ, ਇੱਥੇ ਬੜੀਆਂ ਬੜੀਆਂ ਗੱਡੀਆਂ ਵਸੀਆਂ ਸੀ, ਇਹਨਾਂ ਦੇ ਚਿੱਕੜ ਪੈਣ। ਆਹੋ ਲੋਕੀ ਰੂਬੀ ਕੋਨਾਂ ਦੇ ਆਏ ਇੱਥੇ, ਕੋਈ ਨੀ ਬਾਬਾ ਦੀਪ ਸਿੰਘ ਦੇ
ਉਹਨੂੰ ਮੌਕਾ ਹੀ ਵੀ ਆਵਾਂਗੇ ਆਪਣਾ ਉਹ ਨਹੀਂ ਆ ਮੋਸਟਰ ਜੀਰੋ ਮੋਸਟਰ ਗੱਡੀ ਆਹੋ ਕਿੱਥੇ ਰਹਿ ਮੇਰੇ ਖਿਆਲ ਨਾਲ ਵੀਰ ਚਿਕਨ ਚੁਕਨ ਦਾ ਸਮਾਨ ਲੈ ਮੇਰੇ ਕੋਲ ਇੱਥੇ ਜਾਣਾ ਜੰਗਲ 'ਚ ਹਿਰਨ ਹਰਨ ਬਾੜੇ ਬੁੜੇ ਹੁੰਦੇ ਹੋਣੇ ਹੈ ਨਾ ਜੰਗਲ ਤੇ ਹੋਊਗਾ ਲਓ ਵੀ ਮਿੱਤਰੋ ਛਿੜਜੀ ਦਾ ਵੀ ਇਲਾਜ ਕਰ ਦੇਣ ਲੱਗਾ ਇਹਨੂੰ ਮੈਂ ਭੁੱਖੀ ਨਾ ਲੱਗੀ ਹੈ ਮੇਰੇ ਪੁੱਤ ਨਿੱਕੇ ਜੇ ਨੂੰ ਛੋਣੀ ਜੇ ਨੂੰ ਇਹ ਆਹ ਵੇਖੋ ਚਿਮਚਾ ਕੇ ਫੀਡ ਆਪਾਂ ਪਿਉਂ ਦੇਣੀ ਆ ਇੱਦਾਂ ਪਿਉਣੀ ਠੀਕ ਆ ਬੋਤਲ ਵਾਲਾ ਪਾਣੀ ਯੂਜ਼ ਕੀਤਾ ਆਹ ਵੇਖੋ ਜਿਹੜੀ ਫੁੱਲ ਗਈ ਨਰਮ ਨਰਮ ਜਿਹੀ ਜਿਹੜੇ ਚਾਰ ਕੁ ਪੀਸ ਹੋਏ ਉਹ ਆਪਾਂ ਕੱਢ ਕੇ ਇਹਨੂੰ ਦੇ ਦੇਣੇ ਬਾਕੀ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਵੇਖੋ ਬੱਚਾ ਆ ਜਾਓ ਗੱਡੀ ਦੇ ਰਿਵਿਊ ਲੈਂਦੇ ਇਹਦਾ ਦੱਸਿਓ ਗੱਡੀ ਦਾ ਕਿ ਕਿਹਦੇ ਕੋਲ ਲਵਾਈਏ ਬੇਸ ਇਹ ਭਾਈ ਮੁੰਡਾ ਆਪਣਾ ਮਿੱਤਰ ਅੰਬਾਲੇ ਤੋਂ ਸਾਹਿਬ ਚੀਮਾ ਸਾਹਿਬ ਚੀਮਾ ਉਹ ਆਪਣੇ ਜਿਹੜਾ ਭਰਾਵਾਂ ਨੂੰ ਆ ਉਹ ਘਰੀ ਆ ਕੇ ਲਾ ਕੇ ਆ ਗਿਆ ਬਹੁਤ ਵਧੀਆ ਜੀ ਸੀ ਇਹ ਤੇ ਸਬਵੂਫਰ 1000 RMS ਦਾ ਇੱਕ ਆ ਓਕੇ ਤੇ ਗੱਲ ਵੀ 6 ਸਬਵੂਫਰ ਨੇ ਇਹਦੇ ਵਿੱਚ 4 ਮਿਡ ਰੇਂਜ ਆ ਓਕੇ ਤੇ 6 ਹੈਗੇ ਆ ਰੋਕਫੋਰਡ ਦੇ ਕੋ ਐਕਸੀਅਲ ਇਹ ਜਿੱਥੇ ਮਰਜ਼ੀ ਇਹਦੀ ਸੈਟਿੰਗ ਕਰ ਲਓ ਜਿੱਦਾਂ ਨਾ ਜੇ ਤੁਸੀਂ ਕਰਨੀ ਸੈਟਿੰਗ ਵਾਹ ਕਰ ਲਓ ਇੱਥੇ ਅੱਛਾ ਮਤਲਬ ਆਮ ਗੱਡੀਆਂ ਦੇ ਦੋ ਥਾਈ ਹੁੰਦਾ ਇੱਕ ਥੱਲੇ ਤੇ ਇੱਕ ਉੱਪਰ ਇਹਦੇ ਵਿੱਚ ਕਾਰ ਜਿਸ ਤਰ੍ਹਾਂ ਮਰਜ਼ੀ ਬਹੁਤ ਵਧੀਆ ਤੇ ਕੋਈ ਆ ਇਹਦਾ ਕਹਿੰਦੇ ਲਿਫਟ ਕਿੱਟਾਂ ਚੱਲਦੀਆਂ ਅੱਜ ਕੱਲ ਸ਼ੋਕਰ ਸ਼ਾਕਰ ਇਹ ਕੋ ਕਰਾਇਆ ਇਸ ਤਰ੍ਹਾਂ ਦਾ ਮੈਂ ਆਪਾਂ ਤਾਂ ਭਾਜੀ ਕਮਾਨੀਆਂ ਰੱਖੀਆਂ ਹਾਲ ਤਾਈ ਕਮਾਨੀਆਂ ਇਹ ਕਿੰਨਾ ਕੁ ਰਖਾਈਆਂ ਬਹੁਤ ਯਾਰ 5-6 ਕੁਇੰਟਲ ਦਾ ਸਿਸਟਮ ਹੈ ਭਾਈ ਓਹ ਕਿੰਨਾ ਕਿੰਨਾ ਓਵਰਆਲ ਕਿੰਨਾ ਖਰਚਾ ਲਾਤਾ ਹੋਣਾ ਇਹਦੇ ਗੱਡੀ ਦੇ 12-13 ਸਹੀ ਗੱਲ ਲੱਗ ਗਿਆ ਇਹ ਜਦੋਂ ਵੀਰ ਮੈਂ ਗੱਡੀ ਥਾਰ ਨਵੀਂ ਨਵੀਂ ਲਈ ਸੀ ਨਾ ਮੁੰਡੇ ਜੇ ਨੇ ਕਹਿਣਾ 2 ਲੱਖ ਦੇ ਲੋਏ ਪਾਤੇ 2-3 ਦੇ ਮੈਂ ਕਹਿਣਾ ਐਵੇਂ ਮਾਰਦੇ ਆ ਜਦੋਂ ਵਿੱਚ ਵੜ ਕੇ ਵੇਖਿਆ ਹੁਣ 3.5 ਲੱਖ ਮੇਰੇ ਹੱਥੀ ਲੱਗ ਗਿਆ ਤੇ ਉਹ ਹਜੇ ਵੀ ਕੁਛ ਨਹੀਂ ਲੱਗਦਾ ਉਦੋਂ ਸਾਡੇ ਏਰੀਏ 'ਚ ਠੀਕ ਹੈ ਗੱਡੀ ਬੜੀ ਸਾਂਹ ਲੱਗਦੀ 3 ਇੰਚ ਟਾਇਰ ਆ ਆਪਣੀ ਗੱਡੀ ਦੇ 35 ਇੰਚ ਆ ਬਾਕੀ ਉਹ ਫਿਊਲ ਵੇਖਿਓ ਓਰੀਜਨਲ ਤੁਹਾਨੂੰ ਤਾਂ ਪਤਾ ਹੋਣਾ ਫਿਊਲ ਆਫ ਰੋਡ ਬਾਹਰ ਵਾਲੇ ਤੁਹਾਡੇ ਵਾਲੇ ਹੈਗੇ ਉੱਥੋਂ ਵਾਲੇ ਬਹੁਤ ਪਿਆਰੀਆਂ
ਇਹ ਹੈ ਨਹੀਂ ਮੇਰੇ ਹਿਸਾਬ ਨਾਲ ਕਦੇ ਕਿਸੇ ਦੇ ਤੇ ਮੈਨੂੰ ਨਾ 5-6 ਜਣਿਆਂ ਨੇ ਵੀਡੀਓ ਭੇਜੀ ਕਹਿੰਦਾ ਭਾਜੀ ਆ ਦੇਖ ਲੋ ਚੈਲੰਜ ਮਾਰਦੇ ਆ ਉਹਨੇ ਜਦੋਂ 2 ਸਬਵੂਫਰ ਲਾਏ ਤਾਂ ਉੱਤੇ ਲਿਖਿਆ ਵਹਿਮ ਕੱਢ ਦੇਣੇ ਫਲਾਂ ਦਾ ਚਲੋ ਆਪਾਂ ਨੂੰ ਕੀ ਅਸੀਂ ਆਪਣੀ ਮੌਜ ਕਰਨੇ ਸਾਨੂੰ ਵੀਰ ਹਨਾ ਸਾਨੂੰ ਵੀਰ ਕੋਈ ਵੀ ਆਪਣਾ ਸ਼ੌਂਕ ਮੇਨ ਗੱਲ ਇਹ ਪ੍ਰਭ ਵੀਰ ਆਪਣਾ ਸ਼ੌਂਕ ਆਪ ਪੂਰਦਾ ਸਾਨੂੰ ਖੁਸ਼ੀ ਹੁੰਦੀ ਅਸੀਂ ਵੀ ਹੁਣ ਡਏ ਹਾਂ ਮਿਹਨਤ ਕਰਦੇ ਦਿਨ ਰਾਤ ਵੀਰ ਹੋਣੀ ਬਾਈ ਹੋਣੀ ਵੀ ਉੱਥੇ ਵੇਖੀ ਦੀਆਂ ਜਦੋਂ ਸਟੋਰੀਆਂ ਕਿੰਨੇ ਘੰਟੇ ਡਰਾਈਵ ਕਰ ਲੈਂਦੇ ਇਕੱਠੇ ਹਨਾ ਤੁਸੀਂ ਉੱਥੇ ਵੀਹ ਘੰਟੇ ਮੂੰਹ ਨਾ ਕਹਿਣਾ 20 ਘੰਟੇ ਕਦੀ ਆਪਣੀ ਗੱਡੀ ਨੀ ਚਲਾਈ ਜਾਂਦੀ ਬਾਈ ਹੋਣਾ ਏਡਾ ਤੇ ਉਹ 100 ਸੂ ਤੇ ਜਾਂਦੇ ਆ ਨਾ ਉਹ ਪੀਟਰਬਿਲਟ ਜਿੱਦਾਂ ਬਾਈ ਆਪਣਾ ਮੇਨ ਸਟੇਟਾਂ ਦੇ ਵਿੱਚ ਹੈਗੀ ਹੈ 75 ਦੀ ਸਪੀਡ 75 ਮਾਈਲ ਪਰ ਆਵਰ ਆਪਣੇ ਅਮਰੀਕਾ ਤੇ ਮਾਈਲ ਚੱਲਦੇ ਤੇ ਉੱਥੇ 75 ਇੱਧਰ ਦੇ ਕਿੰਨੇ ਆ ਉਹੀ ਨਾ 120 ਬਾਈ ਹੋ ਜਾਂਦਾ ਹਾਂ 120 ਬਾਈ ਤੇ 20 ਘੰਟੇ ਡਰਾਈਵ ਕਰਨਾ ਸੌਖਾ ਨਹੀਂ ਆ ਤੇ ਬਾਈ ਨੇ ਸ਼ੌਂਕ ਪੂਰੇ ਵੇਖੋ ਪਤਾ ਲੱਗਦਾ ਹਰ ਸਾਲ ਪੰਜਾਬ ਆਉਂਦਾ ਬਾਈ ਤੇ ਨਾਲ ਆ ਵੇਖੋ ਪਤਾ ਲੱਗਦਾ 38 ਇੰਚ ਮੂੰਹ ਨਾ ਕਹਿਣਾ ਤੇ ਲੋਕਾਂ ਹੁਣ ਪਾਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਇਆ ਮੈਨੂੰ 38 ਕਈ ਜਾਂਦੇ ਸਾਡੇ ਨਾਲ ਦੀ ਉੱਚੀ ਥਾਰ ਕਿਸੇ ਦੀ ਨੀ ਜਾਂ ਕਿੱਦਾਂ ਪਰ ਇਹ ਚੀਜ਼ ਆ ਵੀ ਬਾਈ ਹਜੇ ਸ਼ੋਅ ਜਿਹਾ ਨੀ ਹੋਇਆ ਹਨਾ ਤੇ ਆਫ ਰੋਡਿੰਗ ਦਾ ਕੀਤਾ ਕੋਈ ਪਲਾਨ ਕਿਹੜੀ ਗੱਡੀ ਕਰਨੀ ਤਿਆਰ ਆਫ ਰੋਡਿੰਗ ਦਾ ਹਲੇ ਸੋਚੀ ਜਾਂਦਾ ਬਾਜੀ ਹਲੇ ਸੋਚੀ ਜਾਂਦਾ ਮੈਂ ਕਹਿ ਦਿੰਦਾ ਨਾ ਵਧੀਆ ਜੀ ਕੰਮ ਕਰ ਵੀ ਥੋੜੇ ਠੰਡੇ ਆ ਹਲੇ ਆ ਚਲੋ ਕੋਈ ਗੱਲ ਨਹੀਂ ਆ ਸਾਰੀਆਂ ਚੀਜ਼ਾਂ ਬਾਈ ਕੋਣਾ ਪੁੱਛੀ ਜਾਣੀ ਆ ਆ ਚੀਜ਼ ਕਿੱਡੀ ਸੋਹਣੀ ਇਹ ਕਿਦਾਂ ਬਾਜੀ ਤੁਸੀਂ ਕੀਤਾ ਆ ਚੀਜ਼ ਇਹ ਯਾਰ ਮੈਟਲ ਹੀ ਹੈ ਸਾਰਾ ਇਹ ਗੱਡੀ ਸੀਗੀ ਅਰਮਦਾ ਹਾਂਜੀ ਅਰਮਦਾ ਗੱਡੀ ਸੀ ਇਹ ਆ ਕਰਿਓ ਲੌਕ ਕਿਦਾਂ ਕਰਨਾ ਮੈਨੂੰ ਅੱਛਾ ਉਹਨੇ ਇੱਥੇ ਲਾ ਕੇ ਬਸ ਚੱਕ ਲੈਣਾ ਦਾਣਾ ਅੱਛਾ ਅੱਛਾ ਇਹ ਸਾਰਾ ਮੋਰੇ ਵੀ ਵੱਡੀ ਛੱਤ ਵੀ ਵੱਡੀ ਇਹਦੀ ਮਗਰੋਂ ਟਰੱਕ ਆ ਜਿਹੜਾ ਫੈਂਡਰ ਆ ਇਹ ਦੁਬਾਰਾ ਬਣਿਆ ਆ ਨਿਹਰਾ ਨਿਗਰ ਲੋ ਆਇਆ ਵੀਰ ਕਿਤੇ ਐਵੇਂ ਨਹੀਂ ਆ ਹਨਾ ਇਹ ਆ ਟੈਟੂਰ ਮਾਰ ਕੇ ਆਪਾਂ ਵਿੰਗੇ ਡੇਡੇ ਕਰ ਲਈਦੇ ਉਹਨਾਂ ਪੱਟ ਹੋਇਆ ਇਹ ਉਹਦਾ ਇੱਕ ਨਾ ਭਾਜੀ ਆਪਾਂ ਮੈਂ ਤੁਹਾਨੂੰ ਅੱਜ ਚੀਜ਼ ਦਿਖਾਉਣਾ ਇੱਕ ਹਾਂ ਇਹ ਵੀ ਹੈਰਾਨੀ ਕਰੀ ਵੀ ਆ ਹਾਂਜੀ ਹਾਂਜੀ ਆ ਵੀਰ ਜਿਹੜੀ ਹੈ ਨਾ ਵਾਈਬ੍ਰੇਸ਼ਨ ਹੈ ਹਾਂਜੀ ਹੁਣ ਆ ਇੱਕ ਤਾਂ ਦੇਖੋ ਭਾਈ ਹੋ ਸਹੀ ਗੱਲ ਇੰਨੀ ਵਾਈਬ੍ਰੇਸ਼ਨ ਹੈਗੀ ਸਾਡੀ ਗੱਡੀ ਨਾ ਕਿੰਨੀ 100-150 ਮੀਟਰ ਦੂਰ ਜਾਂਦੀ ਹੋਣੀ ਗੱਡੀ ਅੰਦਰ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਮੈਂ ਇਹਨੂੰ ਕਹਿੰਦਾ ਮੈਂ ਗੱਡੀ ਦੂਜੀ ਗੱਡੀ ਲਾ ਕੇ ਨਾ ਕਰੀ ਹੋਰ ਨਾ ਬੇਟਾ ਛਿੜ ਜੂ ਬੁੜਕ ਜੇ ਵਾਹ ਕਰ ਗੱਲ ਇੱਕ ਅੱਧਾ ਐਂਪ ਨਹੀਂ ਆ ਬਾਬਾ ਦੀਪ ਸਿੰਘ ਜਦੋਂ ਦਿੰਦਾ ਨਾ ਮੋਹਰੇ ਤੁਸੀਂ ਦੇਖੋਗੇ ਨਾ ਭਾਜੀ ਹਾਂਜੀ ਮੋਹਰੇ 2 ਲਾਲ ਬੈਟਰੀਆਂ ਪਈਆਂ ਵੱਡੀਆਂ ਟਰੱਕਾਂ ਵਾਲੀਆਂ ਭਾਜੀ ਆਹ ਵੇਖੋ ਦੇਖਦੀਆਂ ਵਾ ਸਾਰਾ ਕੁਛ ਵੀਰ ਜੀ ਲਾਓ 2 ਮਿੰਟ ਗਾਣਾ ਲਾਓ ਹੁਣ ਤੇ ਸ਼ਾਂਤੀ ਜੀ ਹੁਣ ਪਤਾ ਲੱਗਣਾ ਸਟਾਰਟਿੰਗ ਵੇਖੀ ਹੋਈ ਸੀ ਜੱਟੋ ਹਾਏ ਉਧਰ ਦੀ ਉਹ ਕੋਲਡ ਸਟਾਰਟ ਵਾਲੀ ਵੇਖੀ ਵੀਡੀਓ ਵੀ ਕੱਢ ਰਹੀ ਵੇਖੀ ਨਾ ਸਟਾਰਟਿੰਗ ਵੇਖਿਓ ਜੱਟੋ ਗੱਡੀ ਦੀ ਲਾਬੀ ਲਾ ਕੇ ਆਨ ਕਰਤੀ ਆ ਜਿਹੜਾ ਸੋਚਿਆ ਭਾਈ ਇਹ ਆਨ ਕਰਨਾ ਹੁੰਦਾ ਓਕੇ ਆਈ ਗੱਲ ਇੱਥੇ ਪਤਾ ਲੱਗਦਾ ਪੈਸਾ ਲੱਗਾ ਗਾਣਾ ਚੈੱਕ ਕਰਿਓ ਆਵਾਜ਼ ਲੱਗ ਨੂੰ ਉੱਚ ਲਾਵਾਂ ਗੁਨੋਚਦਾ ਮੈਂ ਤਾਵੇਂ ਡੈਡ ਪਾਉਂਦੀਆਂ ਹਰ ਜਿੰਦਾ ਜਸ ਬੰਦ ਜੇ ਕਰ ਦੋ ਬੰਦ ਕਰ ਬੰਦ ਵੀ ਇੱਥੋਂ ਹੀ ਹਾਂਜੀ ਨਹੀਂ ਬੰਦ ਇਹਨੂੰ ਚੱਕ
ਅੱਛਾ ਅੱਛਾ ਬੰਦ ਚਾਬੀ ਤੋਂ ਸਟਾਰਟ ਇੱਥੋਂ ਦਾ ਅਲਟਰਨੇਟਰ ਦੋ ਲੱਗੇ ਹੋਣੇ ਇਹਦੇ ਅੱਛਾ ਜੋ ਸਿਸਟਮ ਬੇਸ ਚੱਲਦੀ ਹੈ ਇਹਦੀ ਬੈਲਟ ਚੀਕਾਂ ਵਾਂ ਲੱਭ ਰਹੀ ਓਏ ਪੂਰਾ ਕੰਮ ਉੱਥੇ ਮੰਗਣ ਦੇ ਉਹਨਾਂ ਨਾਲ ਅੱਗੇ ਵੀ ਡੋਗੀ ਗਿਆ ਉਹ ਵੀ ਕਾਫੀ ਪਿਆਰ ਕਹਿੰਦੇ ਜਾਨਵਰ ਇੱਥੇ ਆਉਂਦੇ ਹਨਾ ਸਮੈਲ ਨਾਲ ਹੀ ਆ ਜਾਂਦੇ ਆ ਤੇਲ ਪੀਣਾ ਕਿ ਚਿਕਨ ਭਾਈ ਸਾਂਬਰ ਬੜਾ ਇੱਧਰ ਕਿੰਨਾ ਤੇਲ ਪਾਇਆ ਬਾੜਾ ਜਿਹਨੂੰ ਕਹਿੰਦੇ ਲੈ ਲੈ ਚਿਕਨ ਹੁੰਦਾ ਰੈਡੀ ਤੇ ਆਪਾਂ ਇਹਨੂੰ ਪੁੱਤ ਨੂੰ ਵੀ ਕੁਝ ਖਵਾ ਦਈਏ ਸਵੇਰ ਦਾ ਭੁੱਖਾ ਪਿਆ ਸ਼ੇਰ ਸ਼ੇਰ ਪੁੱਤ ਉਹ ਫੀਡ ਪਿਆ ਫੀਡ ਫੁੱਲ ਗਈ ਆ ਮੈਂ ਤਾਂ ਐਕਸਟਰਾ ਪਾਣੀ ਜਿਹੜਾ ਰੋੜ ਦੇਣਾ ਕਿ ਇਹਨੂੰ ਫੇਂ ਦੇਣਾ ਆਪਾਂ ਚੰਗੀ ਤਰ੍ਹਾਂ ਗਲਾਸ ਨਾਲ ਹੀ ਫੇਂ ਦਿੰਦੇ ਹਾਂ ਗਲਾਸ ਨਾਲ ਕਿੱਥੇ ਇੱਕੋ ਮਿੰਟ ਹਜੇ ਚੰਗੀ ਤਰ੍ਹਾਂ ਫੁੱਲੀ ਨਹੀਂ ਸੀ ਚੱਲ ਕੋਈ ਨਹੀਂ ਰੱਖ ਦੋ ਫੜਾ ਦਿਓ ਜਾਣ ਚੱਲ ਖਾਲਾ ਪੁੱਤ ਖਾਲਾ ਆਈ ਸਫਲਤਾ ਠੀਕ ਆ ਸਫਲ ਹੋ ਗਏ ਆਪਾਂ ਹੈ ਮੈਨੂੰ ਇਹ ਇਹ ਵਿਚਾਰਾ ਭੁੱਖਾ ਨਾ ਰਵੇ ਮੁੱਛਾਂ ਲਿਪਟ ਜਾਣੀਆਂ ਇਹਦੀਆਂ ਸਰਦਾਰਦੀਆਂ ਪਤਾ ਚਲੋ ਜੀ ਭਾਈ ਹੁਣ ਡਰੋਨ ਕਰਦਾ ਚਲੋ ਡਰ ਗਿਆ ਕੁੱਤਾ ਵਾਹ ਗਾਲਾਂ ਉਹ ਹਿਸਾਬ ਦਾ ਵੀਰ ਜੀ ਤੁਸੀਂ ਤਾਂ ਵਲੋਗ ਸਾਰਾ ਥੋੜਾ ਹੀ ਫਰਕ ਰਿਹਾ ਵੀਰ ਚੈੱਕ ਕਰੋ ਜੱਟੋ ਡਰੋਨ ਆਪਣਾ ਆਹ ਵਿਊ ਲੈਣ ਡਿਆ ਆਪਾਂ ਆ ਤਿੰਨੇ ਗੱਡੀਆਂ ਕਿੱਥੇ ਡਰੋਨ ਤੇ ਬਹੁਤ ਉੱਪਰ ਆਹ ਵੇਖੋ ਉਹ ਡੋਗੀ ਕਮਲੇ ਕੀਤੇ ਇਹਨੇ
ਚਿਕਨ ਵੀਰ ਹੋ ਗਿਆ ਰੈਡੀ, ਬਹੁਤ ਸਵਾਦ ਵੀਰੋ ਨਾ ਆ ਵੀ ਵੈਸੇ ਬਣਾਇਆ ਵਾ। ਚਲੋ ਚਲੋ ਆ ਗਏ ਵੀਰ, ਕਦੋਂ ਚੱਕ ਗੱਡੀਆਂ ਹੁਣ ਗਾਈਜ਼। ਆਪਾਂ ਨਾ ਇੱਥੋਂ ਖਾ ਪੀ ਕੇ ਇੱਥੋਂ ਬਾਅਦ ਅੱਗੇ ਚੱਲੇ ਹਾਂ ਉੱਧਰ, ਕਿਉਂਕਿ ਬੈਟਰੀ ਲੋਅ ਆ, 10-12% ਫੋਨ ਰਹਿ, 10-22% ਆਉਣ ਨੂੰ ਚੱਲੇ ਹਾਂ। ਅੱਗੋਂ ਜਾ ਕੇ ਬਣਾਉਂਦੇ ਹਾਂ ਆਪਾਂ ਵਲੋਗ ਉੱਥੇ, ਆਪਾਂ ਪਾਣੀ ਜੀ ਵਾਲਾ ਜਿਹੜਾ ਏਰੀਆ ਨਾ, ਜਿਹੜਾ ਮੇਰੇ ਪੁਰਾਣੀਆਂ ਰੀਲਾਂ 'ਚ ਪਿਆ ਸੀ, ਜਿਹ 'ਚ ਗੱਡੀ ਆਪਾਂ ਜੋ ਨਵੀਂ ਲਿਆਂਦੀ 4x4 ਇੱਥੇ ਕਰਾਇਆ ਸੀ। ਫੋਗ ਖਰਾਬ ਹੋਈ ਆ, ਬਾਕੀ ਗੱਡੀ ਤੁਹਾਡੇ ਸਾਹਮਣੇ ਪੂਰੀ ਵਰਕਿੰਗ ਆ, ਘੈਂਟ ਆ। ਬਾਕੀ ਇਹਨੂੰ ਲਾਉਣਾ ਜਾਂ ਅਸੀਂ 2-4 ਦਿਨ ਲਈ ਕੰਮ ਕੁੰਮ ਜਿਹੜਾ ਹੋਣ ਵਾਲਾ ਕਰਾਉਣਾ ਵਾ। ਬੈਟਰੀ ਦੀ ਆਵਾਜ਼ ਹੀ ਆਉਂਦੀ ਆ ਸਾਰਾ ਕੁਝ, ਬਾਕੀ ਅੱਗੋਂ ਆ ਫਰੇਮਿੰਗਾ ਹੋਇਆ ਵਾ, ਜਾਂ ਇਹ 'ਚ ਆਦੀ ਗਲਤੀ ਆ ਜਾਂ ਲਾਈਟ ਖਰਾਬ ਹੋਈ ਆ, ਇਹ ਵੀ ਕਰਾਉਣੀ ਸੈੱਟ। ਬਾਕੀ ਗੱਡੀ ਫੁੱਲ ਓਕੇ ਆ। ਆ ਗਿਆ ਵੀਰ ਬਾਜਵੀਲ ਵਾਲਾ ਆਉਂਦੇ ਹੀ। ਕੀ ਹਾਲ ਵੀਰ, ਆਪਾਂ ਗੱਡੀਆਂ ਡਰਾਈਵਲਿੰਗ ਕਰਾ ਕੇ ਲਾਉਣ ਲੱਗੇ ਹਾਂ ਉੱਥੇ, ਉੱਥੇ ਫਿਰ ਫੋਟੋ ਖਿੱਚਣੀ ਚਾਰੇ ਗੱਡੀਆਂ ਦੀ। ਚਲੋ ਵੀਰ ਜੀ, ਲਓ ਵੀ ਜੱਟੋ ਕਰੋ ਚੈੱਕ। ਇਹ ਤੋਂ ਬਾਅਦ ਛਿੜਜੂ ਡਿਲੀਵਰੀ ਦੇਣ ਜਾਣਾ, ਪਰ ਆਹ ਚੈੱਕ ਕਰੋ ਤੁਸੀਂ, ਆਪਣਾ ਵੀ ਤਾਂ ਡਰਾਉਣਾ।
ਇਹਨਾਂ 'ਚ ਮਿੱਟੀ ਫਸ ਜਾਂਦੀ ਨਾ, ਇਹਨਾਂ 'ਚ ਫਸ ਗਈ ਆਹੋ ਜੱਟੂ ਆ ਤੇ ਚੜੀ ਨੀ ਆਪਣੀ ਗੱਡੀ, ਗੱਡੀ ਛਾਲ ਮਾਰਨੀ ਆ ਪਿੱਛੇ ਪਿੱਛੇ ਭਾਰੀ ਆ ਲੋ ਜੀ ਚਲਾਉਣ ਡਿਆ ਉਹਦੀ ਵੀਡੀਓ ਵਧੀਆ ਬਣੀ ਜੇ ਜ਼ੋਰ ਲਾਉਂਦੀ ਦੀ ਗੱਡੀ ਦੀ ਉਹ ਤੇ ਗਾਡਰ ਬਣੀ ਆ ਬਾਜ ਵੀਲ ਵੀਰ ਆਪ ਟਰਾਈ ਕਰਨ ਲੱਗਾ ਅਸਲ ਚ ਉੱਥੇ ਟੋਆ ਜਿਹਾ ਪੈ ਗਿਆ ਤਾਦ ਕਰਕੇ ਨੀ ਚੜ੍ਹਦੀ ਬਾਕੀ ਉੱਥੇ ਫਸ ਜਾਂਦੀ ਜਾਂਦੇ ਅਸਲ ਚ ਵੀਰ ਪਿੱਛੇ ਹੋਣਾ ਭਾਰ ਬੜਾ ਵਾ ਹਾਂ ਬੰਦ ਹੀ ਕੀਤਾ ਸੀ ਚੱਲ ਕੁਦਰਤੀ ਕਿਸੇ ਵੇਲੇ ਨਹੀਂ ਚੜ੍ਹਦੀ ਇੱਥੇ ਗੱਡੀ ਸੋਹਣੀ ਲੱਗਦੀ ਮੈਨੂੰ ਚਲੋ ਚਲੋ ਆ ਗਏ ਸੋਹਣੀ ਲੱਗਦੀ ਹੈ ਨਾ ਇਸ ਤਰ੍ਹਾਂ ਉਤਰਦੀ ਉਤਰਦੀ ਹਲਕਾ ਜਿਹਾ ਜ਼ੋਰ ਲਵਾ ਕੇ ਦੇਖੋ ਬੈਕ ਹਲਕਾ ਜਿਹਾ ਬਹੁਤਾ ਨੀ ਚੜ ਗਈ ਦਰਖਤ ਜਿਹਾ ਮਾੜੇ ਜਾਂ ਫਿਰ ਦੱਬ ਦੋ ਕੋਈ ਗੱਲ ਨੀ ਦੇਖੀ ਪਿੱਛੇ ਕੀ ਗਿਆ ਵਾ ਹਲਕਾ ਜਿਹਾ ਅੱਗੇ ਨੂੰ ਤੁਰ ਕੇ ਹਲਕਾ ਜਿਹਾ ਅੱਗੇ ਤੁਰ ਕੇ ਹਲਕਾ ਜਿਹਾ ਅੱਗੇ ਨੂੰ ਤੋਰੋ ਭਾਜੀ ਹਲਕਾ ਜਿਹਾ ਅੱਗੇ ਨੂੰ ਤੋਰ ਕੇ ਨਾ ਹੁਣ ਝਟਕਾ ਦੋ ਮਗਰ ਨੂੰ ਕੁੱਤਾ ਕੱਢਦਾ ਉੱਥੇ ਸਵਿਫਟ ਜਿਹਾ ਕੁੱਤਾ ਵੀਰੇ ਕਰਨੀ ਕੁੱਤਾ ਸਵਿਫਟ ਜਿਹਾ ਭਾਜੀ
ਇਧਰ ਨੂੰ ਚੜ ਜਾਣੀ ਖੱਬੇ ਹੱਥ ਨੂੰ ਵੀਰ ਚੜੇ ਮਗਰੇ ਮੈਂ ਚੜ ਦੇਣੀ ਉਹ ਥੱਲੋਂ ਲੱਗ ਗਈ ਤੇਰੀ ਪਲੀ ਅਜੇ ਬੈਕ ਕਰਾ ਮਾਸਾ ਚੁੱਕੀ ਗਈ ਬੁੜੀਆ ਡਰਾ ਦੀ ਚੱਲ 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 ਆਪਣੇ ਵਾਲੀ ਚੜ ਗਈ ਟਮੋ ਲਾਉਣ ਯਾਰ ਇੱਕ ਮਿੰਟ ਉਹਨਾਂ ਦੀ ਵੀਡੀਓ ਬਣਾਉ ਆਉਂਦੇ ਆਉਂਦੇ ਜੱਟਾ ਸਾਰੇ ਹਿੱਲ ਗਏ ਰਵੀ ਰਵੀ ਦਾ ਮੂੰਹ ਵੇਖਣਾ ਹੌਲੀ 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 ਰਵੀ ਦੀ ਵੱਖੀ ਉਹ ਸੌਖੀ ਜਾਣ ਗਈ ਸਭ ਤੋਂ ਚਲੋ ਚਲੋ ਲੈਟਸ ਗੋ ਦਿਨ ਡੀਕਣ ਡੇ ਬੜੇ ਚਿਰ ਦੇ ਸੰਗੀ ਸਾਥੀ ਦੇ ਸਾਡੇ ਆਉਣ ਨਹੀਂ ਡੇ ਮੈਂ ਤੇ ਪ੍ਰਭ ਵੀਰ ਤੇ ਪਹੁੰਚ ਗਏ ਆ ਠੀਕ ਹੈ ਵਲੌਗ ਓਵਰ ਕਰ ਦਈਏ ਫਿਰ ਬਾਕੀ ਡਿਲੀਵਰੀ ਦੇ ਦਾਂਗੇ ਜਦੋਂ ਸ਼ਿਟਜੂ ਡਿਲੀਵਰੀ ਕਰਕੇ ਤੇ ਆਪਾਂ ਹੂਡੋ ਨਾਲ ਅਟੈਚ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਮੇਰੇ ਭੈਣ ਭਰਾ ਜਿਨ੍ਹਾਂ ਨੇ ਵੇਖਿਆ ਠੀਕ ਹੈ ਪ੍ਰਭ ਵੀਰ ਇੱਦਾਂ ਓਵਰ ਕਰੀਦਾ ਜਿੱਦਾਂ ਦਿਲ ਕਰਦਾ ਜਿੱਦਾਂ ਦਿਲ ਕਰਦਾ ਬਾਕੀ ਧੰਨਵਾਦ ਜਿਨ੍ਹਾਂ ਵੇਖਿਆ ਕੋਈ ਵੀ ਚੀਜ਼ ਜਿਹੜੀ ਆਪਾਂ ਨੇ ਫੇਕ ਕਰਨ ਦੀ ਕੁਛ ਨਹੀਂ ਕਰਨੀ ਜੋ ਆਪਾਂ ਹੈਗੇ ਉਹੀ ਚੀਜ਼ ਹੈਗੀ ਆ ਉਹੀ ਆ ਬਾਕੀ ਜਾਣੋਂ ਥੱਕ ਬੜਾ ਗਏ ਆ ਤੇ ਪਰ ਛਿੜਜੂ ਵਾਲਿਆਂ ਦਾ ਮੇਰਾ ਫੋਨ ਨਹੀਂ ਲੱਗਣ ਹੋਣਾ ਉਹ ਵੀ ਮੈਨੂੰ ਫਰੋਡ ਜਿਹਾ ਹੀ ਸਮਝਣ ਦੇ ਹੋਣੇ ਉਹਨਾਂ ਕਹਿਣਾ ਕੱਲ ਦੀ ਸਾਈ ਪਵਾਲੀ ਅੱਜ ਮੁੰਡਾ ਬੰਦਾ ਨਾ ਨੰਬਰ ਆਫ ਕਰ ਗਿਆ ਬਾਕੀ ਕੋਈ ਗੱਲ ਨਹੀਂ ਆਪਾਂ ਛਿੜਜੂ ਡਿਲੀਵਰੀ ਦੇ ਕੇ ਫੋਟੋ ਨਾਲ ਅਟੈਚ ਕਰ ਦਾਂਗੇ ਬਾਕੀ ਕੂਕਾਂ ਨੇ ਤੇ ਆ ਬਾਈ ਹੋਣੀ ਸਾਡੇ ਨਾਲ ਦੇ ਜਿਹੜੇ ਆਏ ਨਹੀਂ ਤਿੰਨ ਚਾਰ ਗੱਡੀਆਂ ਪਿੱਛੇ ਹੀ ਆ ਅਸੀਂ ਪਹਿਲਾਂ ਪਹੁੰਚ ਗਏ ਬਾਕੀ ਬਾਏ ਗਾਈਜ਼ ਬਹੁਤ ਬਹੁਤ ਧੰਨਵਾਦ ਤੁਸੀਂ ਭਰਾ ਦਾ ਵਲੌਗ ਵੇਖਿਆ ਬਾਕੀ ਯੂਟਿਊਬ ਨੂੰ ਜਿੰਨਾ ਸਾਥ ਦਓਗੇ ਓਨੀਆਂ ਘੈਂਟ ਘੈਂਟ ਚੀਜ਼ਾਂ ਓਨੀਆਂ ਗਾਂ ਓਨੀਆਂ ਚੀਜ਼ਾਂ ਐਕਸਪਲੋਰ ਕਰੂੰਗਾ ਮੈਂ ਬੜਾ ਸ਼ੌਂਕੀ ਬੰਦਾ ਜੇ ਹਜੇ ਤੁਸੀਂ ਸਾਲਕ 'ਚ ਹੀ ਵੇਖੋਗੇ ਵੀ ਕੀ ਵਿਖਾਤਾ ਬਾਕੀ ਸਪੋਰਟ ਕਰੋ ਯੂਟਿਊਬ 'ਤੇ ਮੇਰਾ ਭਰਾ ਠੀਕ ਹੈ ਵੀਰ ਜੀ ਬਾਏ ਕਰ ਦਿਓ ਸਤਿ ਸ਼੍ਰੀ ਅਕਾਲ ਓਕੇ ਜੀ ਬਾਏ ਹਾਂ ਠੀਕ ਹੈ ਧੰਨਵਾਦ ਜੀ